ਤਾਂ ਇਹਨਾਂ ਢਾਬੇ ਵਾਲਿਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਏ। ਕਿਸਾਨਾਂ ਦਾ ਧਰਨਾ ਲੱਗਿਆ ਏ, ਜਿਸ ਕਰਕੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਨੂੰ ਸੀਲ ਕੀਤਾ ਗਿਆ ਏ। ਰੂਟ ਜਿਹੜੇ ਨੇ ਦਿੱਲੀ ਦੇ ਵਿੱਚ ਐਂਟਰ ਹੋਣ ਦੇ ਲਈ ਉਹ ਡਾਇਵਰਟ ਕੀਤੇ ਗਏ ਨੇ, ਵਿੱਚ ਕਈ ਕਿਲੋਮੀਟਰ ਲੰਮੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ। ਸਰਕਾਰ ਨੇ, ਪ੍ਰਸ਼ਾਸਨ ਨੇ, ਦੋਨਾਂ ਨੇ ਰਲ ਕੇ ਇਹ ਵੀ ਨਹੀਂ ਸੋਚਿਆ ਕਿ ਇਹਨਾਂ ਸੜਕਾਂ ਦੇ ਵਿਚਕਾਰ ਕਈ ਢਾਬੇ, ਪੈਟਰੋਲ ਪੰਪ ਅਤੇ ਹੋਰ ਕਈ ਦੁਕਾਨਦਾਰ ਬੈਠੇ ਨੇ, ਜਿਨ੍ਹਾਂ ਦੀ ਦੁਕਾਨਦਾਰੀ ਇਸ ਸੜਕ 'ਤੇ ਚੱਲ ਰਹੇ ਲੋਕਾਂ ਦੇ ਉੱਤੇ ਚੱਲਦੀ ਹੈ। ਉਹਨਾਂ ਦਾ ਪਰਿਵਾਰ, ਕਾਰੋਬਾਰ, ਸਾਰਾ ਕੁਝ ਇਸ ਸੜਕ ਦੇ ਉੱਤੇ ਡਿਪੈਂਡ ਹੈ, ਅਤੇ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਕਰਕੇ ਹੀ ਉਹਨਾਂ ਦੇ ਘਰ ਦਾ ਝੂਲਾ ਚੱਲਦਾ ਹੈ। 3 ਦਿਨਾਂ ਤੋਂ ਜਦ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਅਤੇ ਦਿੱਲੀ ਕੂਚ ਦੇ ਲਈ ਕਿਸਾਨ ਜਥੇਬੰਦੀਆਂ ਘਰੋਂ ਨਿਕਲੀਆਂ। ਪੁਲਿਸ ਦੇ ਵੱਲੋਂ ਬਾਰਡਰ ਸੀਲ ਕਰ ਦਿੱਤੇ ਗਏ, ਸੜਕਾਂ ਖਾਲੀ ਕਰਵਾ ਦਿੱਤੀਆਂ ਗਈਆਂ, ਰੂਟ ਡਾਇਵਰਟ ਕਰ ਦਿੱਤੇ ਗਏ। ਹੁਣ ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਨੇ ਉਹਨਾਂ 'ਤੇ ਬਣੇ ਢਾਬੇ ਜਮ੍ਹਾਂ ਹੀ ਠੱਪ ਹੋ ਗਿਆ ਇਹ ਕੰਮ। ਉੱਥੇ ਕੋਈ ਵੀ ਜਿਹੜਾ ਗ੍ਰਾਹਕ ਹੈ, ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ, ਕਿਤੇ ਦੂਰ ਦੂਰ ਤੱਕ ਕੋਈ ਗ੍ਰਾਹਕ ਨਹੀਂ ਦਿਖ ਰਿਹਾ। ਪਿਛਲੀ ਵਾਰ ਵੀ, ਪਿਛਲੀ ਅੰਦੋਲਨ ਦੇ ਵਿੱਚ, ਗੋਲਡਨ ਹੱਟ ਢਾਬੇ ਵਾਲਾ ਜਿਹੜਾ ਸ਼ਖਸ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸਨੇ ਕਿਸਾਨਾਂ ਨੂੰ ਰਹਿਣ ਦੀ ਥਾਂ ਦਿੱਤੀ, ਲੰਗਰ ਲਗਾਇਆ, ਅਤੇ ਇਹ ਲੋਕ ਵੀ ਕਿਸਾਨਾਂ ਦੇ ਹੱਕ 'ਚ ਹੀ ਖੜੇ ਨੇ। ਇਹ ਜਿਹੜੇ ਢਾਬੇ ਵਾਲੇ ਨੇ NH 44 'ਤੇ, ਇਹ ਵੀ ਲੋਕਾਂ ਦੇ ਹੱਕ ਦੇ ਵਿੱਚ ਹੀ ਖੜੇ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ, ਪਰ ਇਹਨਾਂ ਦੇ ਕੋਲ ਰਾਹ ਬੰਦ ਹੋਣ ਕਰਕੇ ਕੋਈ ਗ੍ਰਾਹਕ ਨਹੀਂ ਆ ਰਿਹਾ। ਪੂਰੇ ਪੂਰੇ ਦਿਨ ਇਸ ਢਾਬੇ ਦੇ ਵਿੱਚ ਕੰਮ ਕਰ ਰਹੇ ਨੌਕਰ, ਇੱਥੋਂ ਦਾ ਮਾਲਕ ਗ੍ਰਾਹਕ ਦੀ ਉਡੀਕ ਕਰਦਾ ਰਹਿੰਦਾ ਹੈ, ਗ੍ਰਾਹਕ ਨਹੀਂ ਆਉਂਦਾ, ਜਿਸ ਕਰਕੇ ਇਹਨਾਂ ਨੂੰ ਬਹੁਤ ਘਾਟਾ ਹੋ ਰਿਹਾ। ਕਿਉਂਕਿ ਢਾਬੇ ਦੇ ਵਿੱਚ ਕੰਮ ਕਰਨ ਵਾਲੇ ਨੌਕਰਾਂ ਨੇ ਪਗਾਰ ਬਰਾਬਰ ਲੈਣੀ ਹੈ, ਜਿਹੜਾ ਰਾਸ਼ਨ ਹੈ, ਬਿਜਲੀ ਦਾ ਬਿੱਲ ਹੈ, ਉਹ ਲਗਾਤਾਰ ਆਉਣਾ ਹੀ ਆਉਣਾ, ਪਰ ਗ੍ਰਾਹਕ ਨਹੀਂ ਆ ਰਿਹਾ, ਜਿਸ ਕਰਕੇ ਇਹਨਾਂ ਨੂੰ ਘਾਟਾ ਪੈ ਰਿਹਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਧਾਰਮਿਕ ਨਗਰੀ ਕੁਰੂਕਸ਼ੇਤਰ ਦੀਆਂ, ਜਿੱਥੇ ਕਿਸਾਨਾਂ ਦੇ ਅੰਦੋਲਨ ਕਾਰਨ ਰਸਤਾ ਮੋੜ ਦਿੱਤਾ ਗਿਆ, ਰੂਟ ਡਾਇਵਰਟ ਕਰ ਦਿੱਤਾ ਗਿਆ ਹੈ, ਜਿੱਥੇ ਕਰਕੇ ਆਵਾਜਾਈ ਘੱਟ ਹੋ ਗਈ ਹੈ ਅਤੇ ਢਾਬਾ ਸੰਚਾਲਕਾਂ ਨੂੰ ਰੋਜ਼ੀ ਰੋਟੀ ਕਮਾਉਣੀ ਔਖੀ ਹੋ ਰਹੀ ਹੈ। ਇਸ 'ਤੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਸਾਂਝੇ ਕਰੋ। ਆਓ ਢਾਬੇ ਮਾਲਕ ਤੋਂ ਜਾਣਦੇ ਹਾਂ ਕਿ ਆਖਿਰਕਾਰ ਦਿਨ ਦੇ ਵਿੱਚ ਕਿੰਨੀ ਗ੍ਰਾਹਕੀ ਹੁੰਦੀ ਹੈ, ਪਹਿਲਾਂ ਕਿੰਨੀ ਹੁੰਦੀ ਸੀ ਅਤੇ ਅੰਦੋਲਨ ਤੋਂ ਬਾਅਦ ਕਿੰਨੀ ਹੁੰਦੀ ਹੈ। ਆਓ ਜਾਣਦੇ। ਕਹਿਣਗੇ ਚਾਰੇ ਜੀ, ਇੱਕ ਇਨਸਾਨ ਅੰਦੋਲਨ ਜੋ ਵੀ ਹੈ, ਜੋ ਮਰਦ ਕਿਆ ਹੈ, ਮਰਦ ਨੁਕਸਾਨ ਹੀ ਹੈ ਜੀ। ਕੱਲ੍ਹ ਕੇ ਐਸੇ ਆਏ ਹੋਏ ਹੈ, ਇਹ ਵਰਕਰ ਆਏ ਹੋਏ, ਬੱਚੇ ਛੋਟੇ ਛੋਟੇ ਨੇ, ਘਰ ਪੇ ਵੀ ਸਭ ਹੈ, ਸਭ ਵਿਹਲੇ ਬੈਠੇ, ਐਸੇ ਕੱਲ੍ਹ ਸੀ ਆਏ ਹੋਏ, ਬਸ ਬੈਠੇ, ਅਬ ਤੱਕ ਐਸੇ ਬੈਠਾ ਵੀ ਹੈ, ਕਿਆ ਤੱਕ ਕਿਤਨਾ ਲੰਬਾ ਖਿੱਚੇਗਾ, ਕਬ ਤੱਕ ਖਿੱਚੇਗਾ। ਕੋਈ ਨਹੀਂ ਆ ਰਿਹਾ ਜੀ, ਕੁਛ ਨਹੀਂ ਆ ਰਿਹਾ, ਕਿਉਂਕਿ ਟ੍ਰੈਫਿਕ ਨਹੀਂ ਆ ਰਹੀ ਉੱਧਰ ਸੇ, ਜੋ ਟ੍ਰੈਫਿਕ ਆ ਰਹੀ ਹੈ, ਲੋਕਲ ਟ੍ਰੈਫਿਕ ਆ ਰਹੀ ਹੈ, ਦੂਸਰੀ ਟ੍ਰੈਫਿਕ ਆ ਰਹੀ ਹੈ, ਜੋ ਪੀਪਲੀ ਸੇ ਲਾਡਵਾ ਕੋ ਡਿਵਾਈਡ ਕਰ ਰਹੇ, ਉਹ ਲਾਡਵਾ ਸ਼ਾਬਾਦ ਨਿਕਲ ਰਹੀ ਹੈ, ਉਹ ਹਮ ਤਾਂ ਐਸੇ ਹੀ ਬੈਠੇ ਹਾਂ ਬਿਲਕੁਲ। ਉਹ ਖਰਚਾ ਹੈ 5-7 ਹਜ਼ਾਰ ਰੁਪਏ ਦਾ ਖਰਚਾ ਰੋਜ਼ ਕਾ ਹੈ। ਐਸੇ ਕਬ ਤੱਕ ਚਲਾ ਪਾਏਗੇ ਸਰ, ਐਸੇ ਤੋਂ ਬੰਦ ਕਿਨੋਂ ਬਤਾ ਜਾਏਗੀ ਹਮਾਰੀ ਵੀ, ਕਬ ਤੱਕ ਚਲਾ ਪਾਏਗੇ, ਵਰਕਰ ਤੋਂ ਦਿਹਾੜੀ ਮੰਗੇਗਾ ਸੁਬਹ।